ਨਮਸਕਾਰ ਤੁਸੀਂ ਵੇਖ ਰਹੇ ਹੋ ਐਕਸਾ ਨਿਊਜ਼ ਮੈਂ ਹਰੀਸ਼ ਰੌੜ ਨਾਲੇ ਸੁਰਲਿਤ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਹਹਾਕਾਰ ਮਚ ਰਹੀ ਹੈ ਪਾਕਿਸਤਾਨ ਸੜ ਰਿਹਾ ਹੈ ਪਾਕਿਸਤਾਨ ਦੇ ਆਪਣੇ ਘਰ ਦੇ ਵਿੱਚ ਹੀ ਇੱਕ ਯੁੱਧ ਸ਼ੁਰੂ ਹੋ ਗਿਆ ਦੋ ਧੜੇ ਬਣ ਗਏ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਦਾ ਇਮਰਾਨ ਖਾਨ ਨੂੰ ਸੱਤਾ ਤੋਂ ਲਾਇਆ ਗਿਆ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਉਹਨਾਂ ਨੂੰ ਹਟਾਇਆ ਗਿਆ ਉਦੋਂ ਤੋਂ ਉਹਨਾਂ ਦੇ ਬਗਾਵਤੀ ਤੇਵਰ ਜਿਹੜੇ ਨੇ ਉਹ ਵੇਖਣ ਨੂੰ ਮਿਲ ਰਹੇ ਨੇ ਔਰ ਹਾਲੀ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਇੱਕ ਸਰਕਾਰ ਦੇ ਵਿਰੁੱਧ ਮਾਰਚ ਕੱਢਣਾ ਸੀ ਔਰ ਉਸ ਮਾਰਚ ਦਾ ਐਲਾਨ ਕਰਦਿਆਂ ਹੀ ਉਹਨਾਂ ਦੇ ਸਮਰਥਕ ਜਿਹੜੇ ਸਨ ਉਹ ਉਹਨਾਂ ਦੇ ਸੜਕਾਂ ਦੇ ਉੱਤੇ ਉੱਤਰ ਆਏ ਉਹਨਾਂ ਦੇ ਨਾਲ ਔਰ ਸ਼ਹਾਬਤ شریف ਜਿਹੜੇ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਫੌਜਾਂ ਦਾ ਨਾਅਰਤ ਕਰ ਦਿੱਤੀਆਂ ਇਹਨਾਂ ਸਮਰਥਕਾਂ ਦੇ ਵਿਰੁੱਧ ਬੈਰੀਕੇਡਿੰਗ ਕਰ ਦਿੱਤੀ ਗਈ ਇਸਲਾਮਾਬਾਦ ਦੇ ਵਿੱਚ ਪਰ ਜਿਹੜੇ ਇਮਰਾਨ ਖਾਨ ਦੇ ਸਮਰਥਕ ਸਨ ਉਹਨਾਂ ਨੇ ਬੈਰੀਕੇਡਿੰਗ ਤੋੜ ਦਿੱਤੀ ਔਰ ਜਗ੍ਹਾ-ਜਗ੍ਹਾ ਤੇ ਮੁਜਾਰੇ ਹੋਣ ਲੱਗੇ ਜਗ੍ਹਾ-ਜਗ੍ਹਾ ਤੇ ਤੋੜ-ਫੋੜ ਹੋਣ ਲੱਗੀ ਐ ਇੱਥੋਂ ਤੱਕ ਕਿ ਕਈ ਜਗਾਵਾਂ 'ਤੇ ਅੱਗ ਲਗਾ ਦਿੱਤੀ ਗਈ ਮੈਟਰੋ ਸਟੇਸ਼ਨ ਤੱਕ ਸਾਰ ਦਿੱਤੇ ਗਏ اسلامਾਬਾਦ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ Imran Khan ਨੇ ਮਾਰਚ ਕੱਢਣ ਦਾ ਐਲਾਨ ਕੀਤਾ ਸੀ ਔਰ ਇਸ ਮਾਰਚ ਕੱਢਣ ਦੇ ਐਲਾਨ ਨੂੰ ਸੁਣ ਕੇ ਉਹਨਾਂ ਦੇ ਜਿੰਨੇ ਵੀ ਸਮਰਥਕ ਸਨ ਉਹ ਉਹਨਾਂ ਦੇ ਨਾਲ ਖੜੇ ਹੋਏ ਔਰ ਉਹਨਾਂ ਨੇ ਵੱਡੀ ਮਾਤਰਾ ਦੇ ਵਿੱਚ ਇਕੱਠ ਕੀਤਾ اسلامਾਬਾਦ ਦੇ ਵਿੱਚ ਇਸ ਮਾਰਚ ਨੂੰ ਪਰਵਾ ਹੁੰਗਾਰਾ ਦੇਣ ਦੇ ਲਈ ਪਰ ਉਥੋਂ ਦੀ ਸਰਕਾਰ ਨੇ ਫੌਜ ਨੂੰ ਤਣਾਅ ਕਰ ਦਿੱਤਾ ਇਸ ਮਾਰਚ ਨੂੰ ਰੋਕਣ ਦੇ ਲਈ ਬੈਰੀਕੇਡਿੰਗ ਕੀਤੀ ਗਈ ਰਸਤੇ ਬੰਦ ਕੀਤੇ ਗਏ ਫੌਜ ਨੇ ਇੱਥੋਂ ਤੱਕ ਕੀ ਉਹਨਾਂ ਸਮਰਥਕਾਂ ਦੇ ਉੱਤੇ लाठी चार्ज ਕੀਤਾ ਪਰ ਤੁਸੀਂ ਸਾਫ਼ ਦੇਖ ਸਕਦੇ ਹੋ ਕਿ लाठी चार्ज ਜਿਹੜਾ ਹੈ ਉਹ ਲੋਕਾਂ ਦੇ ਉੱਤੇ ਹੋ ਰਿਹਾ ਪਰ ਲੋਕ ਪੁਲਿਸ ਦੇ ਉੱਤੇ ਹਮਲਾ ਕਰ ਰਹੇ ਨੇ ਔਰ ਜਗ੍ਹਾ-ਜਗ੍ਹਾ ਤੇ ਅੱਗਾਂ ਲਗਾਈਆਂ ਜਾ ਰਹੀਆਂ ਨੇ ਜਗ੍ਹਾ-ਜਗ੍ਹਾ ਤੇ ਪੰਨ ਤੋੜ ਕੀਤੀ ਜਾ ਰਹੀ ਹੈ ਔਰ ਆਪਣੇ ਹੀ ਦੇਸ਼ ਦੇ ਵਿੱਚ ਯੁੱਧ ਸ਼ੁਰੂ ਹੋ ਗਿਆ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਸਵਾਲ ਉੱਠਦਾ ਜੋ ਦੂਸਰੇ ਦੇਸ਼ਾਂ ਦੇ ਉੱਤੇ aarop ਲਗਾਉਂਦੇ ਨੇ ਵੱਡੇ ਵੱਡੇ ਉਹਨਾਂ ਦੇ ਆਪਣੇ ਦੇਸ਼ ਦੇ ਵਿੱਚ ਹੀ ਪੋਲਿਟੀਕਲ ਸਥਿਰਤਾ ਜਿਹੜੀ ਹੈ ਉਹ ਕਾਇਮ ਨਹੀਂ ਹੋ پا ਰਹੀ ਔਰ Imran Khan ਦੀ ਗੱਲ ਕਰੀਏ ਤਾਂ ਜਦੋਂ ਦਾ ਉਹਨਾਂ ਨੂੰ ਸੱਤਾ ਤੋਂ ਬਾਹਰ ਕੱਢਿਆ ਗਿਆ ਉਹ ਚਾਹੁੰਦੇ ਨੇ ਕਿ ਦੁਬਾਰਾ ਇਲੈਕਸ਼ਨਸ ਕਰਵਾਏ ਜਾਣ ਬਾਰ-ਬਾਰ ਉਹਨਾਂ ਦੀ ਗੁਹਾਰ ਕੀ ਇਲੈਕਸ਼ਨਸ ਦੁਬਾਰਾ ਕਰਵਾਏ ਜਾਣ ਇਸੇ ਲਈ ਉਹਨਾਂ ਨੇ ਇਹ ਮਾਰਚ ਕੱਢਿਆ ਔਰ ਇਸ ਮਾਰਚ ਦੇ ਲਈ ਉਹਨਾਂ ਦੇ ਸਮਰਥਕ ਉਹਨਾਂ ਦੇ ਨਾਲ ਖੜੇ ਸਨ ਜਿਨ੍ਹਾਂ ਨੂੰ ਰੋਕਣ ਲਈ ਪਾਕਿਸਤਾਨ ਦੇ اسلامਾਬਾਦ ਦੇ ਵਿੱਚ ਫੌਜਾਂ ਦਾ ਨਾਮਕ ਕੀਤੀਆਂ ਗਈਆਂ ਔਰ ਉਹਨਾਂ ਫੌਜਾਂ ਦੇ ਵਿੱਚ ਪੁਲਿਸ ਦੇ ਵਿੱਚ ਲੋਕਾਂ ਦੇ ਨਾਲ ਮੁੱਠਭੇੜ ਹੁੰਦੀ ਹੈ ਔਰ ਲੋਕ ਜਿਹੜੇ ਨੇ ਬੇਕਾਬੂ ਹੋ ਕੇ ਜਗ੍ਹਾ-ਜਗ੍ਹਾ ਤੇ ਮੁਜਾਹਰੇ ਕਰਦੇ ਨੇ ਪੰਨ ਤੋੜ ਕਰਦੇ ਨੇ ਔਰ ਇੱਥੋਂ ਤੱਕ ਕਿ ਉਹਨਾਂ ਨੇ اسلامਾਬਾਦ ਦੇ ਮੈਟਰੋ ਸਟੇਸ਼ਨ ਨੂੰ ਵੀ ਅੱਗ ਲਗਾ ਦਿੱਤੀ ਤੁਸੀਂ ਵੇਖ ਰਹੇ ਹੋ ਅਚਾ ਸਨ ਨਿਊਜ਼ ਮੈਸੀ ਹਰੀਸ਼ ਇਸ ਖਾਸ ਰਿਪੋਰਟ ਦੇ ਨਾਲ